ਰਜੇਸ਼ ਜੀ, ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਮਰਨ ਵਰਤ ਦੇ ਇਸ ਜਗ੍ਹਾ ਬਹਿਣਾ ਪੈ ਰਿਹਾ? ਸਰ, ਪਹਿਲੇ ਤਾਂ ਮੀਡੀਆ ਦਾ ਔਰ ਸਾਰਿਆਂ ਦਾ ਮੈਂ ਧੰਨਵਾਦੀ ਹਾਂ, ਔਰ 15 ਦੇ ਜਿਹੜੀ ਆਜ਼ਾਦੀ ਦਾ ਦਿਵਸ ਆ ਉਹਦੀਆਂ ਸਾਰਿਆਂ ਨੂੰ ਵਧਾਈਆਂ। ਆਜ਼ਾਦੀ ਦਾ ਦਿਵਸ ਅਸੀਂ ਮਨਾ ਰਹੇ ਹਾਂ, ਲੇਕਿਨ ਜਿਹੜਾ ਕੰਢੀ ਆ ਹਜੇ ਤੱਕ ਵੀ ਯਾਦ ਨਹੀਂ ਹੋਇਆ, ਜਿੱਥੇ ਸੜਕਾਂ ਹੈ ਨਹੀਂ ਹਜੇ ਵੀ, ਪਾਣੀ ਹੈ ਨਹੀਂ ਹਜੇ ਵੀ, ਬਿਜਲੀ ਹੈ ਨਹੀਂ ਹਜੇ ਵੀ, 6-7 ਬੱਸਾਂ ਬੰਦ ਪਈਆਂ ਨੇ, ਔਰ 15-16 ਕਿਲੋਮੀਟਰ ਲੋਕਾਂ ਨੂੰ ਪੈਦਲ ਜਾਣਾ ਪੈਂਦਾ। ਔਰ ਜੇ ਆਪਾਂ ਗੱਲ ਕਰੀਏ ਆਪਣੇ ਪ੍ਰਤੀਨਿਧੀਆਂ ਦੀ, ਤਾਂ ਅੱਜ ਵੀ ਅਸੀਂ ਆਜ਼ਾਦ ਆਪਣੇ ਆਪ ਨੂੰ ਮਹਿਸੂਸ ਨਹੀਂ ਕਰ ਰਹੇ, ਇਸ ਕਰਕੇ ਸਾਨੂੰ ਇਹ ਮਨਵਰਤ ਰੱਖਣਾ ਪਿਆ। ਕਦੋਂ ਤੱਕ ਜਾਰੀ ਰਹੂਗਾ ਮਨਵਰਤ? ਕਿਉਂਕਿ ਮਨਵਰਤ ਜਿਹੜਾ ਹੈ, ਮਨਵਰਤ ਦੇ ਮਨਵਰਤੀ ਆ, ਅਨਸ਼ਨ ਹੈ, ਔਰ ਬਿਲਕੁਲ ਅਸੀਂ ਪਾਣੀ ਵੀ ਨਹੀਂ ਪੀ ਰਿਹਾ, ਔਰ ਪਾਣੀ ਵੀ ਨਹੀਂ ਪੀ ਰਿਹਾ। 4 ਬੱਚੇ ਮੇਰੇ ਨਾਲ ਇਲੇ ਬੈਠੇ ਹੋਏ ਨੇ, ਔਰ ਜਦੋਂ ਤੱਕ ਸਾਨੂੰ ਲਿਖਤ ਰੂਪ ਦੇ ਵਿੱਚ ਅਪਰੂਵਲ ਸਾਨੂੰ ਸੜਕਾਂ ਦੀ ਨਹੀਂ ਮਿਲਦੀ, ਉਦੋਂ ਤੱਕ ਸਾਡਾ ਮਨਵਰਤ ਜਾਰੀ ਰਹੇਗਾ। ਪਿਛਲੇ ਸਰਕਾਰਾਂ ਦੀ ਗੱਲ ਕਰੀਏ, ਲੰਬਾ ਸਮਾਂ ਕਾਂਗਰਸ ਵੀ ਨੇ ਸੱਤਾ ਭੋਗ ਕੀਤੀ ਹੈ ਪੰਜਾਬ ਦੀ, ਉਦੋਂ ਵੀ ਤੁਸੀਂ ਮੰਗਾਂ ਆਪਣੀਆਂ ਰੱਖਦੇ ਰਹੇ ਹੋ? ਬਿਲਕੁਲ, ਮੈਂ ਸਾਰਿਆਂ ਦਾ ਕੁੰਡਾ ਖੜਕਾਉਂਦਾ ਰਿਹਾ, ਔਰ ਸਾਰਿਆਂ ਨੂੰ ਆਵਾਜ਼ ਦਿੱਤੀ। ਕੁਛ ਮੰਗਾਂ ਜਿਹੜੀਆਂ ਨੋਰਮਲ ਸਾਡੀਆਂ ਹੁੰਦੀਆਂ ਨੇ, ਲੇਕਿਨ ਜਿਹੜੀਆਂ ਮੂਲਭੂਤ ਸੁਵਿਧਾ, ਜਿੱਦਾਂ ਹਜੇ ਤੱਕ ਵੀ ਕੁੱਕਾਨੇਟ ਦੇਰੀਆਂ ਸੜਕ ਨਹੀਂ ਬਣੀ, ਕੁੱਕਾਨੇਟ ਤੋਂ ਹਿਮਾਚਲ ਟੱਚ ਨਹੀਂ ਹੋਇਆ, ਕੋਟ ਤੋਂ ਪਟਿਆਲਾ ਟੱਚ ਨਹੀਂ ਹੋਇਆ, ਹਜੇ ਵੀ ਲੋਕ ਉਦੀ ਪੈਦਲ ਹੀ ਜਾਂਦੇ ਨੇ, 80% ਲੋਕ ਜਿਹੜੇ ਛੱਡ ਕੇ ਚਲ ਗਏ ਨੇ। ਅਸੀਂ ਚਾਹੁੰਦੇ ਕਿ ਜਿਹੜੇ ਇੱਥੇ ਲੋਕ ਰਹਿ ਗਏ ਨੇ ਉਹਨਾਂ ਦੇ ਵਾਸਤੇ ਆਪਾਂ ਕਿਤਨਾ ਕਿਤਨਾ ਉਹਨੂੰ ਬਚਾ ਲਈਏ। ਸਾਡੀਆਂ ਕੁੜੀਆਂ ਅੱਜ ਬਰਸਾਤਾਂ ਦੇ ਟਾਈਮ 15-15 16-16 ਕਿਲੋਮੀਟਰ ਚੱਲ ਕੇ ਪੈਦਲ ਆ ਰਹੀਆਂ ਨੇ, ਇਸ ਕਰਕੇ ਆਪਾਂ ਦੌੜਾਂ ਟਿਕਾ। ਮੈਮ, ਤੁਹਾਡਾ ਕੀ ਨਾਮ ਹੈ? ਸਰੋਜ ਬਾਲਾ। ਸਰੋਜ ਜੀ, ਕੀ ਤੁਹਾਨੂੰ ਲੱਗਦਾ ਕਿ ਮੁੱਖ ਮੁੱਦੇ ਹੈਗੇ ਤੁਹਾਡੇ ਕੰਢੀ ਖੇਤਰ ਦੇ? ਮੁੱਖ ਮੁੱਦਾ ਦੇਖੋ ਜੀ, ਸਾਡਾ ਕੰਢੀ ਖੇਤਰ ਹੀ ਇੱਕ ਮੁੱਖ ਮੁੱਦਾ ਹੈ, ਕਿਉਂਕਿ ਸਾਡੇ ਕੰਢੀ ਖੇਤਰ ਵਿੱਚ ਕੋਈ ਵੀ ਸਹੂਲਤ ਨਹੀਂ ਹੈਗੀ ਹੈ। ਔਰ ਮੇਨਲੀ ਦੇਖਿਆ ਜਾਵੇ ਤਾਂ ਸੜਕਾਂ, ਤੁਸੀਂ ਉੱਪਰ ਜਾ ਕੇ ਦੇਖੋ ਕੰਢੀ ਵਿੱਚ, ਕਈ ਪਿੰਡਾਂ ਨੂੰ ਹਾਲੇ ਤੱਕ ਰੋਡ ਬਣੀ ਹੀ ਨਹੀਂ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਪਿੰਡ 'ਚ ਇੱਕ ਕਾਨੂੰਨ ਲਾਗੂ ਹੈ ਸਾਡੇ ਕੰਢੀ ਏਰੀਏ 'ਚ, ਦਫ਼ਾ 4, ਉਹ ਅੰਗਰੇਜ਼ਾਂ ਦੇ ਟਾਈਮ ਦਾ ਕਾਨੂੰਨ ਬਣਿਆ ਹੋਇਆ 1905 ਦਾ, ਜਿਹੜਾ ਕਿ ਹੁਣ ਤੱਕ ਸਾਡੇ 'ਤੇ ਲਾਗੂ ਹੈ। ਇਸ ਹਿਸਾਬ ਨਾਲ ਤਾਂ ਇਹੀ ਹੈ ਕਿ ਅਸੀਂ ਅੱਜ ਵੀ ਅੰਗਰੇਜ਼ਾਂ ਦੇ ਗੁਲਾਮ ਹਾਂ। ਅਸੀਂ ਇਹ ਵੀ ਦੇਖਿਆ ਕਿ ਤੁਹਾਡੇ ਕੰਢੀ ਖੇਤਰ ਦੇ ਕਈ ਪਿੰਡ ਇੱਦਾਂ ਦੇ ਹੈਗੇ, ਆਪਾਂ ਕੁੱਕਾਨੇਟਰ ਦੀ ਗੱਲ ਕਰ ਲੈਂਦੇ ਕਿ ਉਹ ਲੋਕ ਆਪਣੇ ਪਿੰਡ ਛੱਡ ਕੇ ਵੀ ਜਾ ਚੁੱਕੇ ਇੱਥੋਂ ਘਰ? ਹਾਂਜੀ ਸਰ, ਉਹ ਪਿੰਡ ਛੱਡ ਕੇ ਜਾ ਚੁੱਕੇ, ਲੋਕ ਮਜਬੂਰ ਹੈ ਕਿਉਂਕਿ ਕੋਈ ਇਹਨਾਂ ਕੰਢੀ ਏਰੀਏ ਵਿੱਚ ਆਪਣੀ ਕੁੜੀ ਦੇਣ ਨੂੰ ਰਾਜ਼ੀ ਨਹੀਂ, ਮੁੰਡੇ ਵਿਚਾਰੇ ਕੁਆਰੇ ਹੈ, ਕੁੜੀਆਂ ਪੜ੍ਹਨ ਲਈ ਕਿੰਨਾ ਸਟਰਗਲ ਕਰਦੀਆਂ ਹੈ। ਸਾਡੇ ਇੱਧਰ ਤੁਸੀਂ ਦੇਖ ਲਓ, ਤੁਹਾਨੂੰ 19 ਸਾਲ ਤੋਂ ਬਾਅਦ ਕੋਈ ਕੁੜੀ ਮੁਸ਼ਕਲ ਨਾਲ ਹੀ ਕੁਆਰੀ ਮਿਲੂਗੀ, ਕਿਉਂਕਿ ਸਹੂਲਤਾਂ ਹੀ ਨਹੀਂ ਹੈ, ਕਰਨਾ ਵੀ ਕੀ ਹੈ ਕੁੜੀਆਂ। ਹੁਣ ਤੁਸੀਂ ਆਪ ਦੇਖ ਲਓ, ਜੰਗਲ ਰਸਤਾ ਹੈ, 13 ਕਿਲੋਮੀਟਰ ਦਾ ਜੰਗਲ ਰਸਤਾ ਹੈ, ਰਸਤੇ ਵਿੱਚ ਹੁਣ ਘੁੰਮਣ ਲਈ ਸਾਡੇ ਕਹਿੰਦੇ ਤਾਂ ਹੈਗੇ ਆ ਕਿ ਸਵਰਗ ਹੈ, ਬਟ ਸਵਰਗ ਦੇ ਰਸਤੇ ਔਖੇ ਹੁੰਦੇ, ਇਹ ਗੱਲ ਤੁਹਾਨੂੰ ਵੀ ਪਤਾ। ਹੁਣ ਉਹ ਰਸਤੇ ਵਿੱਚ ਜਿਹੜੇ ਫਿਰ ਹੁੱਲੜਬਾਜ਼ੀ ਕਰਦੇ ਆ ਮੁੰਡੇ, ਹੁਣ ਜਿੱਦਾਂ ਕੁੜੀਆਂ ਇਕੱਲੀਆਂ ਜਾਂਦੀਆਂ ਉਹਨਾਂ ਨੂੰ ਛੇੜਦੇ ਆ, ਈਵਨ ਹੁੰਦੇ ਆ ਇੰਸੀਡੈਂਟਸ ਹੁੰਦੇ ਆ, ਮੇਰੇ ਨਾਲ ਨਹੀਂ, ਹੋਰ ਵੀ ਜਿੰਨੀਆਂ ਕੁੜੀਆਂ ਵਿਚਾਰੀਆਂ ਸਕੂਟਰੀਆਂ ਜਾਂਦੀਆਂ ਉਹਨਾਂ ਨਾਲ ਇੰਸੀਡੈਂਟਸ ਹੁੰਦੇ ਆ, ਬਟ ਕੌਣ ਹੈ ਸੁਣਨ ਵਾਲਾ? ਕੋਈ ਵੀ ਨਹੀਂ। ਹੁਣ ਵੀ ਤੁਸੀਂ ਦੇਖ ਲਓ ਕੌਣ ਆਇਆ, ਕੋਈ ਵੀ ਨਹੀਂ ਆਇਆ। ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਫਿਲਹਾਲ ਤਾਂ ਚਲੋ ਸਾਡੀ ਤਾਂ ਕੁੜੀਆਂ ਦੀ ਤਾਂ ਕਿੱਥੇ ਹੀ ਹੈ, ਬਟ ਕੰਢੀ ਏਰੀਏ ਦੀ ਤਾਂ ਐਟਲੀਸਟ ਤੁਸੀਂ ਸੁਣੋ, ਕਿਉਂਕਿ ਮੈਂ ਇੱਕ ਪਿੰਡ ਦੇ ਤਰਫੋਂ ਨਹੀਂ, ਮੈਂ ਪੂਰੇ ਕੰਢੀ ਏਰੀਏ ਤਰਫੋਂ ਬੋਲ ਰਹੀ ਹਾਂ ਕਿ ਕਿਰਪਾ ਕਰਕੇ ਸਾਡੀ ਆਵਾਜ਼ ਸੁਣੋ, ਸਾਡੀਆਂ ਮੰਗਾਂ ਮੰਨ ਲਓ, ਅਤੇ ਜੇ ਹੋ ਸਕਿਆ ਤਾਂ ਸਾਨੂੰ ਬਚਾ ਲਓ ਜੀ। ਬਿਲਕੁਲ, ਜਿਸ ਤਰ੍ਹਾਂ ਦੱਸਦੇ ਕਿ ਕਿਰਪਾ ਕਰਕੇ ਸਾਡੀਆਂ ਮੰਗਾਂ ਮੰਨੋ, ਅਤੇ ਆਪਾਂ ਇਹੀ ਗੱਲ ਕਰਾਂਗੇ ਕਿ ਅੱਜ ਇਸੇ ਧਰਨੇ ਦੇ ਉੱਤੇ ਪੂਰਵ ਵਿਧਾਇਕ ਸ਼ਾਮ ਚੁਰਾਸੀ ਪਵਨ ਆਦਿਆ ਜੀ ਵੀ ਪਹੁੰਚੇ ਨੇ। ਆਦਿਆ ਸਾਹਿਬ, ਕੀ ਲੱਗਦਾ ਕਿ ਲੰਬੇ ਸਮੇਂ ਤੋਂ ਲੋਕ ਇਹ ਪ੍ਰੋਬਲਮਸ ਫੇਸ ਕਰ ਰਹੇ ਆ, ਖਾਸ ਕਰ ਕੰਢੀ ਖੇਤਰ ਦੀ ਗੱਲ ਕਰੀਏ, ਔਰ ਲੋਕਾਂ ਦਾ ਅਕਸਰ ਭਾਵੇਂ ਸਰਕਾਰ ਤੁਹਾਡੀ ਹੈ ਜਾਂ ਫਿਰ ਅੱਜ ਆਮ ਆਦਮੀ ਪਾਰਟੀ ਦੀ ਹੈ, ਲੋਕ ਇਹੀ ਕਹਿੰਦੇ ਕਿ ਕੰਢੀ ਖੇਤਰ ਨੂੰ ਹਰ ਵੇਲੇ ਇੱਕ ਸਾਈਡ ਕਰ ਦਿੱਤਾ ਜਾਂਦਾ, ਸਿਰਫ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਰਾਜਨੀਤਿਕ ਪਾਰਟੀਆਂ ਆਉਂਦੀਆਂ, ਉਸ ਤੋਂ ਬਾਅਦ ਦਰਕਿਨਾਰ ਕਰ ਦਿੰਦੇ? ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਕਿ ਜਿਸ ਵੇਲੇ ਮੈਂ 5 ਸਾਲ MLA ਰਿਹਾ, ਕਾਂਗਰਸ ਦੀ ਸਰਕਾਰ ਸੀ, ਕੰਢੀ ਵਾਲੇ ਲੋਕਾਂ ਦੇ ਜੋ ਮੇਨ ਸੀਗੇ ਵਾਅਦੇ, ਇਹਨਾਂ ਦੇ ਵਿੱਚ ਬਹਿ ਕੇ ਕਰ ਰਹੇ ਹਾਂ, ਉਹ ਪੂਰੇ ਕੀਤੇ। ਫਾਰ ਐਗਜ਼ਾਮਪਲ, ਇਹਨਾਂ ਦਾ ਕਾਲਜ ਦਾ ਮੁੱਦਾ ਸੀ ਜਿਹੜਾ ਕਿ ਮੈਂ ਲੈ ਕੇ ਆਇਆ, ਉਹਨੂੰ ਬਣਾ ਕੇ ਚਾਲੂ ਕਰਕੇ ਇੱਥੇ ਹੀ ਇਸੇ ਜਗ੍ਹਾ 'ਤੇ ਢੋਲਬਾਹੇ ਦੇ ਵਿੱਚ ਕਾਲਜ ਬਣਾਇਆ, ਔਰ ਜਿਹੜਾ ਕਿ ਅੱਜ ਬੱਚੇ ਪੜ੍ਹ ਰਹੇ ਆ ਮਹਾਰਾਣਾ ਪ੍ਰਤਾਪ ਜੀ ਦੇ ਨਾਮ 'ਤੇ। ਉਹਦੇ ਤੋਂ ਬਾਅਦ ਕੋਟ ਪਟਿਆਲਾ ਟੂ ਨੰਗਲ ਦਰਿਆਲ ਤੱਕ ਜਿਹੜੀ ਹਿਮਾਚਲ ਨੂੰ ਲਾਈ ਸੜਕ, ਉਹ ਵੀ ਮੈਂ ਲਾਈ ਸੀਗੀ। ਜਿਹੜੀਆਂ ਇੱਥੇ ਦੀਆਂ ਬਾਕੀ ਸੜਕਾਂ ਜਾਂ ਟਿਊਬਵੈੱਲ, 180 ਡੀਪ ਟਿਊਬਵੈੱਲ ਦਿੱਤੇ ਸੜਕਾਂ ਬਣਾਈਆਂ, ਜੋ ਮੇਰੇ ਕੋਲੋਂ ਵੱਧ ਤੋਂ ਵੱਧ ਹੋ ਸਕਦਾ ਸੀ ਉਹ ਮੈਂ ਕੀਤਾ। ਬੱਸ ਸਟੈਂਡ ਬਣਾਇਆ, ਤਹਿਸੀਲ ਬਣਾਈ,
ਫਿਰ ਸਟੇਡੀਅਮ ਬਣਾਇਆ, ਸਾਰੀਆਂ ਜੋ ਵੀ ਸੀ ਅਸੀਂ ਉਹਨੂੰ ਕੀਤਾ ਹੈ। ਔਰ ਮੈਂ ਕੁਦਰਤੀ ਕੰਢੀ ਦੇ ਨਾਲ ਵੈਸੇ ਹੀ ਪਿਆਰ ਕਰਦਾ ਹਾਂ, ਕਿਉਂਕਿ ਮੇਰਾ ਆਪਣਾ ਵੀ ਜਿਹੜਾ ਘਰ ਹੈ, ਆਪਣਾ ਜਿਹੜਾ ਮੇਰੀ ਜ਼ਮੀਨ ਹੈ, ਜਿਹੜਾ ਮੇਰਾ ਜ਼ਮੀਨ ਖੇਤੀ ਕਰਦਾ ਮੈਂ, ਉਹ ਵੀ ਕੰਢੀ ਦੇ ਵਿੱਚ ਆਉਂਦੀ ਹੈ। ਇੱਥੇ ਦੇ ਲੋਕਾਂ ਦੇ ਨਾਲ ਮੈਨੂੰ ਪਿਆਰ ਆ। ਔਰ ਜੋ ਮੈਂ 15-20 ਦਿਨ ਤੋਂ ਸੁਣ ਰਿਹਾ ਸੀਗਾ ਕਿ ਇਹ ਅਸੀਂ ਮਰਨ ਵਰਤ ਰੱਖਾਂਗੇ ਕਿਉਂਕਿ ਫਲੱਡ ਆਇਆ, ਸਾਰਾ ਕੁਛ ਰੁੜ ਕੇ ਤਬਾਹ ਹੋ ਗਿਆ, ਇੱਕ MLA ਦੀ ਡਿਊਟੀ ਬਣਦੀ ਆ ਵੀ ਜਿਸ ਵੇਲੇ ਵੀ ਕਦੀ ਕੋਈ ਗੱਲ ਹੋਵੇ ਤਾਂ ਉਹਨਾਂ ਦੇ ਦਰ ਘਰ 'ਤੇ ਜਾਵੇ। ਫਾਰ ਐਗਜ਼ਾਮਪਲ, ਜਿਵੇਂ ਕਰੋਨਾ ਆਇਆ ਸੀ, ਅਸੀਂ 2 ਵਾਰ ਕਰੋਨਾ ਪੋਜ਼ੀਟਿਵ ਹੋ ਗਏ ਔਰ ਉਹਦੇ ਬਾਵਜੂਦ ਵੀ ਅਸੀਂ ਲੋਕਾਂ ਦਾ ਕੁੰਡਾ ਖੜਕਾਉਣਾ ਨਹੀਂ ਛੱਡਿਆ। ਲੋਕ ਇਸ ਕਰਕੇ ਵੋਟ ਤੁਹਾਨੂੰ ਪਾਉਂਦੇ ਆ ਵੀ ਜਦੋਂ ਸਾਨੂੰ ਦੁੱਖ ਤਕਲੀਫ ਹੋਵੇ ਤਾਂ ਅਸੀਂ ਲੋਕਾਂ ਦੇ ਵਿੱਚ ਉਹਨਾਂ ਦੇ ਸਹਾਈ ਹੋਈਏ। ਮਗਰ ਇੱਥੇ ਦਾ MLA ਕਿਸੇ ਦੇ ਘਰ ਕਿਸੇ ਵੀ ਪਿੰਡ ਵੜਿਆ ਹੀ ਨਹੀਂ ਹੈ। ਇਹ ਤੁਸੀਂ ਦੇਖੋ ਵੀ ਐਡੇ ਐਡੇ ਫਲੱਡ ਆਏ, ਲੋਕਾਂ ਦੇ ਬੰਦੇ ਰੁੜ ਗਏ, ਬਜ਼ੁਰਗ ਰੁੜ ਗਏ, ਕਈ ਬੱਚੇ ਰੁੜ ਗਏ, ਕਿਸੇ ਨੂੰ ਆ ਕੇ ਪੁੱਛਿਆ ਹੀ ਨਹੀਂ ਹੈ। ਔਰ ਇੱਥੇ ਤੱਕ ਮੈਂ ਕਹਿਣਾ ਚਾਹੁੰਦਾ ਵੀ ਐਡਮਿਨਿਸਟ੍ਰੇਸ਼ਨ ਨੇ ਵੀ ਇਹ ਹੀ ਸਮਝਿਆ ਵੀ ਇਹ ਲੋੜ ਹੀ ਨਹੀਂ ਆ। ਇਹਨਾਂ ਦੇ ਕੋਲ ਆ ਕੇ ਹੁਣ 4 ਬੰਦੇ ਜਿਹੜੇ ਹੈ ਮਰਨ ਵਰਤ 'ਤੇ ਬੈਠੇ ਆ। ਜਦੋਂ ਮਰਨ ਵਰਤ ਦੀ ਕੋਈ ਧਮਕੀ ਦਿੰਦਾ ਜਾਂ ਕੋਈ ਗੱਲ ਕਰਦਾ ਜਾਂ ਕੋਈ ਉਹਦਾ ਨੋਟਿਸ ਦਿੰਦਾ ਹੈ ਤਾਂ ਉਹਦੇ ਨਾਲ ਸਰਕਾਰ ਬੈਠ ਕੇ ਫੈਸਲਾ ਕਰਦੀ ਆ। ਔਰ ਉਹਦੇ ਨਾਲ ਕੋਈ ਵੀ ਗੱਲ ਹੋਵੇ, ਇਹਨਾਂ ਨੂੰ ਤਾਂ ਮੁੱਖ ਮੰਤਰੀ ਨੂੰ ਵੀ ਮਿਲਣ ਨਹੀਂ ਦਿੱਤਾ, MLA ਦੀ ਤਾਂ ਗੱਲ ਛੱਡ ਦਈਏ। ਇਹਨਾਂ ਦੇ ਕੋਲ ਕੋਈ ਗਵਰਨਮੈਂਟ ਦਾ ਨੁਮਾਇੰਦਾ ਕੋਈ ਵੀ ਆਇਆ ਨਹੀਂ ਆ। ਜੇ ਇੱਕ ਬੰਦਾ ਆਇਆ ਕੋਈ ਤਾਂ ਉਹ ਰਸਤੇ 'ਚੋਂ ਮੁੜ ਕੇ ਇੱਥੋਂ ਚਲੇ ਗਏ। ਮਕਸਦ ਕਹਿਣ ਦਾ ਵੀ ਇੱਕ ਸਾਡੇ ਕੋਲ ਸਰਕਾਰਾਂ ਦੇ ਕੋਲ ਫੰਡ ਹੁੰਦਾ ਆ ਜਿਹੜਾ ਕਿ ਅਸੀਂ ਐਮਰਜੈਂਸੀ ਉਹਨਾਂ ਨੂੰ ਫਲੱਡ ਦੇ ਵਿੱਚ ਯੂਜ਼ ਕੀਤਾ ਜਾਂਦਾ, ਉਹਨੂੰ ਫਲੱਡ ਫੰਡ ਕਹਿੰਦੇ ਆ। ਔਰ ਜਿਸ ਵੇਲੇ CM ਦੇ ਕੋਲ ਇੱਕ ਫੰਡ ਹੁੰਦਾ ਆ ਔਰ ਜਿੱਥੇ ਵੀ ਕੋਈ ਆਪੱਤੀ ਆਉਂਦੀ ਆ ਉਹ ਉਹਨੂੰ ਰਿਲੀਜ਼ ਕਰਦਾ ਆ, ਔਰ DC ਨੇ ਉੱਥੇ ਉਸ ਫੰਡ ਨੂੰ ਭੇਜਣਾ ਹੁੰਦਾ ਇਮੀਡੀਏਟਲੀ, ਚਾਹੇ ਉਹ ਕੋਈ ਕਸ਼ਤੀ ਦਾ ਕੰਮ ਹੋਵੇ, ਚਾਹੇ ਉਹ ਪੁਲ ਦਾ ਕੰਮ ਹੋਵੇ, ਜਿੱਥੇ ਲਿੰਕ ਟੁੱਟਦਾ ਆ ਉੱਥੇ ਉਹਨਾਂ ਨੂੰ ਕਰਨਾ ਚਾਹੀਦਾ। ਉਹਨਾਂ ਨੇ ਉਹ ਵੀ ਨਹੀਂ ਵਰਤਿਆ ਔਰ ਇਹ ਲੋਕ ਮਰਨ ਵਰਤ 'ਤੇ ਬੈਠੇ ਆ। ਮੈਂ ਤਾਂ ਇਹ ਗੱਲ ਸਰਕਾਰ ਨੂੰ ਕਹਿਣੀ ਚਾਹੁੰਦਾ, ਐਡਮਿਨਿਸਟ੍ਰੇਸ਼ਨ ਨੂੰ ਕਹਿਣੀ ਚਾਹੁੰਦਾ ਵੀ ਐਡੀ ਗੂੜੀ ਨੀਂਦ ਨਾ ਸੌਵੋ ਵੀ ਲੋਕ ਮਰਨ ਵਰਤ 'ਤੇ ਰੱਖ ਬਹਿ ਜਾਣ। ਅੱਜ ਵਰੇ ਦੇ ਦਿਨ ਜਿਹੜਾ ਕਿ ਹਿੰਦੁਸਤਾਨ ਵਾਸਤੇ ਇੱਕ ਅਹਿਮ, ਸਾਰੇ ਧਰਮਾਂ ਤੋਂ ਸਾਰੇ ਤਿਉਹਾਰਾਂ ਤੋਂ ਉੱਠ ਕੇ ਮਨਾਇਆ ਜਾਂਦਾ ਹੈ 15 ਅਗਸਤ ਦਾ ਦਿਹਾੜਾ, ਔਰ ਉਸ ਦਿਹਾੜੇ 'ਤੇ ਲੋਕ ਮਰਨ ਵਰਤ ਰੱਖਣ, ਇਹ ਵੀ ਇੱਕ ਹਿਸਟਰੀ ਹੋਏਗੀ। ਇਹ ਜਿਹੜੀ ਹਿਸਟਰੀ ਆ ਇਹਨੂੰ ਰਿਪੀਟ ਨਾ ਕੀਤਾ ਜਾਵੇ, ਇਹਨਾਂ ਨੂੰ ਜਲਦ ਤੋਂ ਜਲਦ ਆ ਕੇ ਮੈਂ ਇਹ ਗੱਲ ਕਹਿੰਦਾ ਵੀ ਘੱਟੋ ਘੱਟ ਕੰਢੀ ਦਾ ਇਹ ਜਿਹੜੀ ਹੈ ਸ਼ਾਮ 84 ਦੀ ਕੰਢੀ, ਇਹਦਾ 200 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਮੀਡੀਏਟਲੀ 200 ਕਰੋੜ ਰੁਪਇਆ ਰਿਲੀਜ਼ ਕਰਕੇ ਇਹਨਾਂ ਦੇ ਲੋਕਾਂ ਦੇ ਜ਼ਖਮਾਂ 'ਤੇ ਮਰਮ ਲਗਾਉਣੀ ਚਾਹੀਦੀ ਆ ਔਰ ਜਲਦ ਆ ਕੇ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਅਗਰ ਉਹ ਨਹੀਂ ਸੁਣਦੇ, ਜੇ ਅਗਰ ਇਹਨਾਂ ਬੱਚਿਆਂ ਨੂੰ ਕਦੀ ਵੀ ਕੁਛ ਹੁੰਦਾ ਜਾਂ ਇਹ ਬੈਠੇ ਆ ਭੁੱਖ ਹੜਤਾਲ 'ਤੇ ਬੈਠੇ ਆ, ਅਤੇ ਜੇ ਇਹਨਾਂ ਦਾ ਕੋਈ ਨੁਕਸਾਨ ਕੰਢੀ ਵਾਲਿਆਂ ਦਾ ਜਾਨੀ ਨੁਕਸਾਨ ਹੋਇਆ ਤਾਂ ਪਵਨ ਆਦੀਆ ਫਿਰ ਖੁਦ ਆ ਕੇ ਬੈਠੇਗਾ।